ਮੱਥਾ ਮੇਰਾ ਤੋੜ ਕੇ ਦੇਖ ਲਓ ਕਿ ਜੇ ਮੇਰੇ ਪੱਲੇ ਕੋਈ ਕਰਤੂਤ ਹੈਗੀ ਹੈ ਮੇਰਾ ਸਾਥ ਦੇ, ਅਤੇ ਮੈਨੂੰ ਤਾਂ ਪਤਾ ਕਿ ਪ੍ਰਧਾਨ ਸਾਹਿਬ ਦਾ ਹੁਣ ਕੀ ਹੈ, ਮੈਦਾਨ ਵਿੱਚ ਉਤਾਰੇ ਹੋਏ ਸਿਪਾਹੀ ਜਾਂ ਹਾਂਜੀ ਅਤੇ ਫਤਿਹ ਜਾਬੀਆਂ ਤੋਂ ਬਿਨਾਂ ਕਦੀ ਪ੍ਰਧਾਨ ਜਿਹੜੇ ਨੇ ਸੱਦਾ ਵਾਪਸੀ ਦਾ ਨਹੀਂ ਦਿੰਦੇ। ਹਾਂਜੀ ਮੈਂ ਮੈਦਾਨ 'ਚ ਹਾਂ ਡੱਟ ਕੇ, ਔਰ ਮੈਂ ਇਹ ਵੀ ਤੁਹਾਨੂੰ ਦੱਸਦਾ ਜੇ ਡੱਟ ਕੇ ਲੜਾਂਗੇ, ਚੰਗੀ ਤਰ੍ਹਾਂ ਲੜਾਂਗੇ, ਜੋਸ਼ ਨਾਲ ਲੜਾਂਗੇ, ਹੋਸ਼ ਨਾਲ ਲੜਾਂਗੇ, ਜਿੱਤ ਪ੍ਰਾਪਤ ਕਰਾਂਗੇ ਨਿਸ਼ਚਿਤ ਹੋ ਕੇ ਮਿਲੋ। ਜਿਹੜੀ ਚਰਚਾ ਚੁਰਚਾ ਚੱਲਦੀ ਹੈ ਨਾ ਇਹਦੀ ਪ੍ਰਵਾਹ ਨਾ ਕਰੋ, ਜੇ ਕੋਈ ਗੱਲ ਕਰਦਾ ਹੈ ਉਹਨੂੰ ਕਹਿ ਦੇਵੇ ਇੱਕ ਪਾਸੇ ਵਿਰਸਾ ਸਿੰਘ ਵਲਟੋਹਾ ਦੀ ਕਰਤੂਤ ਤੋਲ ਲਓ, ਉਹਦੀ ਕਾਰਗੁਜ਼ਾਰੀ ਤੋਲ ਲਓ। ਜੇ ਮੈਂ ਐਲਾਨ ਕਰਦਾ ਹਾਂ ਇੱਥੋਂ ਸਟੇਜ ਤੋਂ ਸੰਗਤ ਦੇ ਵਿੱਚੋਂ, ਆ ਸੰਗਤ ਹੈ, ਸੰਗਤ ਹੈ, ਅਤੇ ਸੰਗਤ ਦੇ ਵਿੱਚ ਐਲਾਨ ਕਰਦਾ ਹੈ ਕਿ ਸਮੁੱਚੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਨੂੰ, ਵੋਟਰਾਂ ਨੂੰ, ਚਾਹੇ ਉਹ ਕਿਸੇ ਵੀ ਧਰਮ ਅਤੇ ਜਾਤ ਦੇ ਨਾਲ ਸੰਬੰਧਿਤ, ਜੇ ਵਿਰਸਾ ਸਿੰਘ ਵਲਟੋਹਾ ਦੀ ਕੋਈ ਕਰਤੂਤ ਹੈਗੀ ਹੈ ਤਾਂ ਵੋਟ ਪਾ ਦਿਆ, ਜੇ ਤਾਂ ਨਹੀਂ ਤਾਂ ਵਰਨਾ ਨਾ ਪਾਇਆ। ਮੈਂ ਨਹੀਂ ਬਦਲਿਆ, ਮੇਰਾ ਸਟੈਂਡ ਨਾ ਸੱਜੇ ਨਾ ਖੱਬੇ, ਵਿਰਸਾ ਸਿੰਘ ਵਲਟੋਹਾ ਇਸ ਗੱਲ ਦਾ ਮਦਈ ਹੈ ਸ਼ੁਰੂ ਤੋਂ ਰਹਿਣ ਕਿ ਸਾਡੇ ਦੇਸ਼ ਦੇ ਅੰਦਰ, ਸਾਡੇ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਜਿਹੜੀ ਉਹ ਵੀ ਇੱਕ ਮਿੱਗ ਅਤੇ ਇੱਕ ਜੁੱਟ ਅਤੇ ਮਜ਼ਬੂਤ ਹੋਣੀ ਚਾਹੀਦੀ। ਕਿਸੇ ਵੀ ਭਾਈਚਾਰੇ 'ਚ ਕਿਸੇ ਤਰ੍ਹਾਂ ਦਾ ਕੋਈ ਡਰ, ਕੋਈ ਦਵੈਸ਼ ਨਹੀਂ ਹੋਣੀ ਚਾਹੀਦੀ, ਕੋਈ ਦਹਿਸ਼ਤ ਨਹੀਂ ਹੋਣੀ ਚਾਹੀਦੀ। ਅੱਜ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਮੇਰੀ ਕਾਰਗੁਜ਼ਾਰੀ ਦੇਖਦੇ, ਜੇ ਦੂਰੋਂ ਦੂਰੋਂ ਮੈਨੂੰ ਫੋਨ ਆਉਂਦੇ ਕਿ ਵਲਟੋਹਾ ਸਾਹਿਬ ਤੇਰੇ ਵਰਗਾ ਧਾਕੜ ਬੰਦਾ ਚਾਹੀਦਾ, ਤਾਂ ਮੈਂ ਤਾਂ ਇਹੀ ਅਪੀਲ ਕੀਤੀ ਹੈ, ਮੀਡੀਆ 'ਚ ਵੀ ਇਹੀ ਅਪੀਲ ਕੀਤੀ ਹੈ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ, ਕਿ ਜੇ ਮੇਰੀ ਕਰਤੂਤ ਚੰਗੀ ਹੈ, ਮੇਰੀ ਕਾਰਗੁਜ਼ਾਰੀ ਚੰਗੀ ਹੈ, ਮੈਨੂੰ ਵੋਟ ਪਾ ਦਿਆ ਜੇ, ਨਹੀਂ ਤਾਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾ ਦਿਆ ਜੇ। ਪਰ ਇਹ ਨਾ ਹੋਵੇ ਕਿ ਇਹ ਵੀ ਕਹੋ ਕਿ ਵਿਰਸਾ ਸਿੰਘ ਵਲਟੋਹਾ ਬੜਾ ਵਧੀਆ ਬੰਦਾ ਹੈ, ਬੜਾ ਧਾਕੜ ਬੰਦਾ ਹੈ, ਡੱਟ ਕੇ ਖਲੋਂਦਾ ਆ, ਕੰਮ ਵੀ ਕਰਦਾ ਆ, ਆਵਾਜ਼ ਵੀ ਉਠਾਉਂਦਾ ਆ, ਪੰਥ ਅਤੇ ਪੰਜਾਬ ਦੀ ਗੱਲ ਕਰਦਾ ਆ, ਜਿੱਥੇ ਕੋਈ ਮਸਲਾ ਆਉਂਦਾ ਜਾ ਕੇ ਉੱਥੇ ਲੱਤ ਕੱਢਦਾ ਆ। ਇਹ ਵੀ ਕਹੋ ਕਿ ਇਹਦੇ ਨਾਲ ਦਾ ਬੰਦਾ ਕੋਈ, ਅਤੇ ਫਿਰ ਵੋਟ ਜੇ ਫਿਰ ਵੀ ਤੁਸੀਂ ਦੂਸਰੇ ਪਾਸੇ ਪਾਉਂਦੇ ਜੀ, ਇਹਦਾ ਮਤਲਬ ਇੰਨਾ ਬੇਇਨਸਾਫੀ ਕਰ, ਮੈਂ ਕਿਹਾ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਮੈਂ ਤਾਂ ਸਿੱਧਾ ਜਿਹਾ ਇਹ ਤੋੜ ਕੇ ਵੋਟ ਪਾਓ, ਬਾਕੀ ਭਾਈ